आरके नारायण दी कहानी मां ਤੇ ਪੁੱਤ ਜਦੋਂ ਅੱਧਾ ਖਾਣਾ ਖਾ ਚੁੱਕਿਆ ਸੀ रामू ਦੀ ਮਾਂ ਨੇ ਵਿਆਹ ਦਾ ਵਿਸ਼ਾ ਫੇਰ ਛੇੜਿਆ रामू ਨੇ ਇਨ ਨਹੀਂ ਕਿਹਾ ਤੂੰ ਫੇਰ ਉਹੀ ਗੱਲ ਕਰਨ ਲੱਗੀ ਉਹ ਗੁੱਸੇ ਨਾਲੋਂ ਵੱਧ ਮਜ਼ੇ ਲੈ ਰਿਆ ਲੱਗਦਾ ਸੀ ਇਸ ਲਈ ਮਾਂ ਨੇ ਇੱਕ ਕਰਕੇ ਕੁੜੀ ਦੇ ਚੰਗੇ ਗੁਣ ਗਿਣਾਈ ਉਹਦੇ ਭਰਾ ਦੀ ਧੀ ਹੁਣ 14 ਸਾਲਾਂ ਦੀ ਹੋ ਗਈ ਹੈ ਦੇਖਣ ਚ ਚੰਗੀ ਹੈ ਭਰਾ ਉਹਦੀ ਆਜ ਵੀ ਦੇਣ ਨੂੰ ਤਿਆਰ ਹੈ ਉਹ ਆ ਬੁੱਢੀ ਹੋ ਰਹੀ ਹੈ ਘਰ ਦੀ ਦੇਖਭਾਲ ਦੇ ਕੰਮ ਤੋਂ ਛੁੱਟੀ ਚਾਹੁੰਦੀ ਹੈ ਉਹ ਕਦੇ ਵੀ ਉੱਪਰ ਜਾ ਸਕਦੀ ਹੈ ਤੇ ਪਿੱਛੇ ਰਾਮੂ ਲਈ ਕੌਣ ਖਾਣਾ ਪਕਾਏਗਾ ਕੌਣ ਉਹਦੀ ਦੇਖਭਾਲ ਕਰੇਗਾ ਸਭ ਤੋਂ ਜ਼ਿਆਦਾ ਅਹਿਮ ਤਰਕ ਇਹ ਸੀ ਕਿ ਵਿਆਹ ਤੋਂ ਬਾਅਦ ਹੀ ਆਦਮੀ ਦੀ ਕਿਸਮਤ ਬਦਲਦੀ ਹੈ ਫਸਲ ਉਸ ਹੱਥ ਤੇ ਨਿਰਭਰ ਨਹੀਂ ਕਰਦੀ ਜੋ ਹਲ ਫੜਦਾ ਹੈ ਉਸ ਤੇ ਕਰਦੀ ਹੈ ਜੋ ਤੋੜੀ ਫੜਦਾ ਹੈ ਸ਼ਾਮ ਨੂੰ ਪਹਿਲਾਂ ਰਾਮ ਰਾਮੂ ਦੀ ਮਾਂ ਨੇ ਤੈਅ ਕੀਤਾ ਸੀ ਕਿ ਜੇ ਰਾਮੂ ਅਜੇ ਵੀ ਵਿਆਹ ਕਰਨੋਂ ਮਨਾਂ ਕਰਦਾ ਹੈ ਜਾਂ ਵਿਆਹ ਦੀ ਗੱਲਬਾਤ ਕੰਨ ਵੀ ਨਹੀਂ ਧਰਦਾ ਤਉ ਉਹਦੀ ਕਿਸਮਤ ਤੇ ਛੱਡ ਦੇਗੀ ਜੇ ਉਹ ਚੱਲਦੀ ਟ੍ਰੇਨ ਦੇ ਅੱਗੇ ਖੜਾ ਹੋ ਜਾਂਦਾ ਤਾਂ ਵੀ ਉਹਨੂੰ ਉੱਥੇ ਇਕੱਲਾ ਛੱਡ ਦੇਗੀ ਇਸ ਤੋਂ ਬਾਅਦ ਉਹ ਕਦੇ ਉਹਦੇ ਮਾਮਲਿਆਂ 'ਚ ਦਖਲ ਨਹੀਂ ਦੇਵੇਗੀ ਉਹ ਸੋਚਣ ਲੱਗੀ ਕਿ ਉਹ ਕਿੰਨੀ ਮਜ਼ਬੂਤ ਕਿਸਮ ਦੀ ਔਰਤ ਹੈ ਔਰਤਾਂ ਨੂੰ ਅਜਾਈ ਹੋਣਾ ਚਾਹੀਦਾ ਹੈ ਸਭ ਤਾਂ ਠੀਕ ਹੈ ਕਿ ਮਾਂ ਦਾ ਦਿਲ ਮੁਲਾਇਮ ਹੁੰਦਾ ਹੈ ਵਗੈਰਾ ਵਗੈਰਾ ਪਰ ਮਾਂ ਦੀਆਂ ਭਾਵਨਾਵਾਂ ਦੀ ਵੀ ਇੱਕ ਹੱਦ ਹੁੰਦੀ ਹੈ ਜੇ ਰਾਮੂ ਸੋਚਦਾ ਹੈ ਕਿ ਉਹ ਮਾਂ ਹੈ ਇਸ ਲਈ ਉਹ ਜੋ ਚਾਹੇ ਕਰ ਸਕਦਾ ਹੈ ਤਾਂ ਦਿਖਾ ਦੇਗੀ ਕਿ ਉਹਦਾ ਇਹ ਸੋਚਣਾ ਗਲਤ ਹੈ ਜੇ ਉਹਦੇ ਫੈਸਲੇ ਨੂੰ ਅੱਖੋਂ ਪਰੋਖਿਆਂ ਕਰਦਾ ਹੈ ਉਹਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ ਤਾਂ ਉਹਨੂੰ ਦਿਖਾ ਦੇਗੀ ਕਿ ਉਹ ਵੀ ਉਹਨੂੰ ਛੇਕ ਸਕਦੀ ਹੈ ਇੰਨੀ ਸਾਰੀ ਤਿਆਰੀ ਤੋਂ ਬਾਅਦ ਉਹਨੇ ਵਿਆਹ ਦਾ ਵਿਸ਼ਾ ਚੁੱਕਿਆ ਸੀ ਤੇ ਉਹਦੇ ਪੱਖ ਵਿੱਚ ਕਾਫੀ ਸਾਰੇ ਮਜ਼ਬੂਤ ਕਾਰਨ ਗਿਣਾਈ ਸੀ ਪਰ ਰਾਮੂ ਨੇ ਉਹ ਸਾਰੇ ਠੁਕਰਾ ਦਿੱਤੇ ਤੇ ਉਹਦੀ ਭਤੀਜੀ ਦੀ ਸ਼ਕਲ ਦੀ ਵੀ ਆਲੋਚਨਾ ਕੀਤੀ ਇਸ ਗੱਲ ਤੇ ਉਹਨੇ ਕਹਿ ਦਿੱਤਾ ਇਹ ਆਖਰੀ ਵਾਰ ਹੈ ਜਦੋਂ ਮੈਂ ਇਹ ਚਰਚਾ ਕਰ ਰਹੀ ਹਾਂ ਇਸ ਤੋਂ ਬਾਅਦ ਤੂੰ ਮੇਰੇ ਵੱਲੋਂ ਟੱਠੇ ਗੂਝ ਪੈ ਜੇ ਮੈਂ ਤੈਨੂੰ ਡੁੱਬਦਿਆਂ ਦੇਖਾਂਗੀ ਤਾਂ ਵੀ ਨਹੀਂ ਪੁੱਛਾਂਗੀ ਕਿ ਕੀ ਗੱਲ ਹੈ ਸਮਝ ਗਿਆ ਨਾ ਹਾਂ RAMU ਸੋਚੇ ਪਿਆ ਬੋਲਿਆ ਉਹ ਚੌਥੀ ਵਾਰ ਵੀ ਇੰਟਰ ਪ੍ਰੀਖਿਆ ਪਾਸ ਨਹੀਂ ਕਰ ਸਕਿਆ ਸੀ ਹੁਣ ਤੱਕ ਕੋਈ 20 ਰੁਪਏ ਦੀ ਨੌਕਰੀ ਵੀ ਨਾ ਲੱਭ ਸਕਿਆ ਤੇ ਮਾਂ ਉਹਨੂੰ ਸਦਾ ਪਰੇਸ਼ਾਨ ਕਰਦੀ ਰਹਿੰਦੀ ਸੀ ਵਿਆਹ ਵੀ ਮਾਮੇ ਦੀ ਕੁੜੀ ਨਾਲ ਉਹਦਾ ਅੱਗੇ ਵੱਲ ਨਿਕਲਿਆ ਦੰਦ ਵੇਖ ਕੇ ਕੋਈ ਵੀ ਡਰ ਜਾਏਗਾ ਉਸ ਕੁੜੀ ਨਾਲ ਵਿਆਹ ਕਰੇਗਾ ਇਹ ਵੀ ਸੋਚਣਾ ਗਲਤ ਹੈ ਉਹ ਚਾਹੁੰਦਾ ਸੀ ਜਦੋਂ ਕਦੇ ਵਿਆਹ ਕਰੇ ਤਾਂ ਰਜ਼ੀਆ ਵਰਗੀ ਕੁੜੀ ਨਾਲ ਜਿਨੇ ਉਹਨੂੰ ਹਿੰਦੀ ਦੀਆਂ 2-4 ਫਿਲਮਾਂ 'ਚ ਦੇਖਿਆ ਸੀ ਉਹਦੀ ਜ਼ਿੰਦਗੀ ਪਰੇਸ਼ਾਨ ਤੇ ਬੇਕਾਰ ਜੀ ਚੱਲ ਰਹੀ ਸੀ ਉਹ ਹਰ ਸਮੇਂ ਉਦਾਸ ਤੇ ਦੁਖੀ ਰਹਿੰਦਾ ਇੱਧਰ ਉੱਧਰ ਘੁੰਮਦਾ ਜਾਂ ਸੌਂਦਾ ਰਹਿੰਦਾ ਜਾਂ ਲਾਇਬ੍ਰੇਰੀ 'ਚ ਬੈਠਾ ਪੁਰਾਣਾ ਅਖਬਾਰ ਦੇਖਦਾ ਰਹਿੰਦਾ ਸੀ ਇਸ ਸਮੇਂ ਉਹ ਖਾਣੇ ਦੀ ਥਾਲੀ ਦੇ ਸਾਹਮਣੇ ਬੈਠਾ ਸੋਚ ਰਿਹਾ ਸੀ ਮਾਂ ਨੂੰ ਥੋੜੀ ਦੇਰ ਤਾੜਦੀ ਰਹੀ ਫਿਰ ਬੋਲੀ ਮੈਨੂੰ ਤੇਰੇ ਚਿਹਰੇ ਨਾਲ ਨਫ਼ਰਤ ਹੈ ਹਰ ਉਸ ਆਦਮੀ ਨਾਲ ਨਫ਼ਰਤ ਹੈ ਜੋ ਅਜਿਆ ਮੂੰਹ ਲੈ ਕੇ ਭੋਜਨ ਦੀ ਥਾਲੀ ਸਾਹਮਣੇ ਬੈਠਦਾ ਹੈ 10 ਦਿਨ ਪਹਿਲਾਂ ਵਿਧਵਾ ਹੋਈ ਔਰਤ ਦਾ ਚਿਹਰਾ ਵੀ ਤੇਰੇ ਨਾਲੋਂ ਜ਼ਿਆਦਾ ਖੁਸ਼ ਨਜ਼ਰ ਆਉਂਦਾ ਹੈ ਉਹਨੇ ਜਵਾਬ ਦਿੱਤਾ ਤੂੰ ਇਹ ਸਾਰੀਆਂ ਗੱਲਾਂ ਇਸ ਲਈ ਕਰ ਰਹੀ ਹੈ ਕਿਉਂਕਿ ਮੈਂ ਤੇਰੇ ਭਰਾ ਦੀ ਬੇਟੀ ਨਾਲ ਵਿਆਹ ਕਰਨ ਤੋਂ ਮਨਾਂ ਕਰ ਦਿੱਤਾ ਮੈਨੂੰ ਤੇਰੀ ਪਰਵਾਹ ਨਹੀਂ ਹੈ ਉਹ ਬੜੀ ਕਿਸਮਤਵਾਨ ਕੁੜੀ ਹੈ ਉਹਨੂੰ ਬੜਾ ਚੰਗਾ ਪਤੀ ਮਿਲੇਗਾ ਰਾਮੂ ਦੀ ਮਾਂ ਨੂੰ ਉਹਦਾ ਚਿੜਚੜਾ ਚਿਹਰਾ ਪਸੰਦ ਨਹੀਂ ਸੀ ਇਹੋ ਜਿਹਾ ਕਿਸੇ ਦਾ ਵੀ ਚਿਹਰਾ ਉਹਨੂੰ ਪਸੰਦ ਨਹੀਂ ਸੀ ਉਹਨੂੰ ਉਦਾਸੀ ਚੰਗੀ ਨਹੀਂ ਲੱਗਦੀ ਸੀ ਉਹ ਇਸ ਲਈ ਸਹਿ ਸੀ ਉਹ ਦੇਰ ਤੱਕ ਬੋਲਦੀ ਰਹੀ ਤਾਂ ਲੜਕੇ ਨੇ ਕਿਹਾ ਹੁਣ ਬੰਦ ਕਰ ਇਹ ਬਕਵਾਸ ਮਾਂ ਨੇ ਜਵਾਬ ਦਿੱਤਾ ਮੇਰੀ ਜ਼ਿੰਦਗੀ ਖਤਮ ਹੋ ਰਹੀ ਹੈ ਬੜੀ ਛੇਤੀ ਹੁਣ ਮੇਰਾ ਬੋਲਣਾ ਬੰਦ ਹੋ ਜਾਏਗਾ ਹੁਣ ਤੂੰ ਮੈਨੂੰ ਕਹਿਣਾ ਬਕਵਾਸ ਬੰਦ ਕਰ ਇਹ ਨੌਬਤ ਆ ਗਈ ਹੈ ਮੈਂ ਤਾਂ ਬਸ ਇਹੀ ਕਿਹਾ ਕਿ ਮੈਨੂੰ ਖਾਣ ਦਾ ਸਮਾਂ ਦੇ हां हां ਹੁਣ ਤੈਨੂੰ ਖੁੱਲਾ ਸਮਾਂ ਮਿਲਣ ਲੱਗੇਗਾ ਜਦੋਂ ਮੈਂ ਚਲੀ ਜਾਵਾਂਗੀ ਤੇਰੇ ਕੋਲ ਸਮਾਂ ਹੀ ਸਮਾਂ ਹੋ ਜਾਏਗਾ ਬੇਟਾ रामू ਕੁਛ ਨਾ ਬੋਲਿਆ ਚੁੱਪਚਾਪ ਖਾਂਦਾ ਰਿਹਾ ਮਾਂ ਕਹਿਣ ਲੱਗੀ ਮੈਂ ਸਿਰਫ ਇੰਨਾ ਚਾਹੁੰਦੀ ਆ ਖਾਂਦੇ ਸਮੇਂ ਤੂੰ ਥੋੜਾ ਆਦਮੀ ਵਾਂਗ ਦਿਸਿਆ ਕਰ ਇਹੋ ਜਿਹਾ ਖਾਣਾ ਖਾ ਕੇ ਕਿਵੇਂ ਆਦਮੀ ਵਾਂਗ ਦਿਸਿਆ ਜਾ ਸਕਦਾ ਕੀ ਕਿਹਾ ਮਾਂ ਚੀਕ ਕੇ ਬੋਲੀ ਜੇ ਤੂੰ ਇੰਨਾ ਚੰਗਾ ਹੈ ਤਾਂ ਬਾਕੀ ਆਦਮੀਆਂ ਵਾਂਗ ਕੁਝ ਕਮਾ ਕੇ ਲਿਆ ਪੈਸਾ ਸੁੱਟ ਤੇ ਕਹ ਆ ਖਾਵਾਂਗਾ ਵੇਲੇ ਰਹਿ ਕੇ ਚੰਗਾ ਖਾਣਾ ਭਾਲਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਖਾਣਾ ਖਤਮ ਕਰਕੇ RAMU ਚੱਪਲ ਪਾਉਣ ਲੱਗਾ ਮਾਂ ਨੇ ਪੁੱਛਿਆ ਕਿੱਥੇ ਜਾ ਰਿਹਾ ਬਾਹਰ ਰੁੱਖਾ ਜਿਹਾ ਜਵਾਬ ਦੇ ਕੇ RAMU ਦਰਵਾਜ਼ਾ ਖੁੱਲਾ ਛੱਡ ਕੇ ਬਾਹਰ ਨਿਕਲ ਗਿਆ ਮਾਂ ਦਾ ਕੰਮ ਨਿਭੜ ਗਿਆ ਉਹਨੇ ਰਸੋਈ ਧੋ ਦਿੱਤੀ ਭਾਂਡੇ ਮਾਂਜ ਕੇ ਕ੍ਰੀਨੇ ਨਾਲ ਆ ਲਾ ਦਿੱਤੇ ਛੋਟਾ ਜਿਹਾ ਝਾੜੂ ਕੋਨੇ 'ਚ ਰੱਖ ਦਿੱਤਾ ਰਸੋਈ ਦੀ ਖਿੜਕੀ ਬੰਦ ਕਰ ਦਿੱਤੀ ਫਿਰ ਦਰਵਾਜ਼ਾ ਬੰਦ ਕਰਕੇ ਲਾਲਟਨ ਹੱਥ 'ਚ ਲੈ ਕੇ ਉਹ ਬਾਹਰ ਕਮਰੇ ਚਾਈ ਸੜਕ ਦਾ ਦਰਵਾਜ਼ਾ ਚਫਾ ਖੁੱਲਾ ਦੇਖ ਕੇ ਉਹਨੂੰ ਰਾਮੂ ਦੀ ਲਾਪਰਵਾਹੀ ਤੇ ਗੁੱਸਾ ਆਇਆ ਇਹ ਇੰਨਾ ਗੈਰ ਜ਼ਿੰਮੇਵਾਰ ਹੈ ਘਰ ਦਾ ਮੇਨ ਬੂਆ ਖੁੱਲ ਖੁੱਲਾ ਛੱਡ ਕੇ ਚਲਾ ਗਿਆ ਉੱਥੇ ਇੱਕ ਉਹ ਹੈ ਜੋ ਰਾਤ ਦਿਨ ਰਸੋਈ ਤੇ ਘਰ ਦੀ ਰਗੜ ਰਗੜ ਕੇ ਸਫਾਈ ਕਰਦੀ ਮਰ ਜਾਂਦੀ ਹੈ ਉਹਨੂੰ ਇਹ ਸਫਾਈ ਨਹੀਂ ਚਾਹੀਦੀ ਤਾਂ ਉਹ ਕਿਉਂ ਮਰਦੀ ਰਹੇ ਉਹ ਇੰਨਾ ਵੱਡਾ ਹੋ ਗਿਆ ਕਿ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਸਕੇ ਉਹਨੇ ਆਪਣਾ ਛੋਟਾ ਜਿਹਾ ਲੱਕੜੀ ਦਾ ਡੱਬਾ ਕੱਢਿਆ ਉਸ ਨੇ ਇੱਕ ਲੌਂਗ ਇੱਕ ਇਲਾਈਚੀ ਇੱਕ ਸੁਪਾਰੀ ਦਾ ਟੁਕੜਾ ਕੱਢ ਕੇ ਮੂੰਹ 'ਚ ਪਾ ਲਿਆ ਇਹਨਾਂ ਨੂੰ ਚਬਾਉਂਦਿਆਂ ਉਹਨੂੰ ਥੋੜੀ ਸ਼ਾਂਤੀ ਮਿਲੀ ਫਿਰ ਦਰਵਾਜ਼ਾ ਭੇੜ ਕੇ ਪੁੰਜੇ ਲੇਟ ਗਈ ਸੌਣ ਦੀ ਕੋਸ਼ਿਸ਼ ਕਰਨ ਲੱਗੀ RAMU ਕਿੱਥੇ ਗਿਆ ਹੋਵੇਗਾ ਇਹ ਸੋਚ ਕੇ ਉਹਨੂੰ ਪਰੇਸ਼ਾਨੀ ਹੋਣ ਲੱਗੀ ਉੱਠ ਕੇ ਉਹਨੇ ਚਟਾਈ ਲਪੇਟੀ ਬਾਹਰ ਆਈ ਉੱਥੇ ਚਟਾਈ ਵਿਛਾ ਕੇ ਲੇਟ ਗਈ ਮਨ 'ਚ RAM ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਪਰੇਸ਼ਾਨੀ ਥੋੜੀ ਘੱਟ ਹੋਵੇ ਔਰ ਜਪਦੀ ਜਾਂਦੀ ਸੀ ਸਿਤਾ RAM ਸਿਤਾ RAM ਪਰ اچانک RAM ਦਾ ਨਾਮ ਭੁੱਲ ਕੇ RAMU ਦਾ ਨਾਮ ਲੈਣ ਲੱਗੀ ਉਹਦੀ ਫਿਕਰ ਦੁਬਾਰਾ ਪਰਤ ਆਈ ਸੀ ਜਾਣ ਤੋਂ ਪਹਿਲਾਂ ਉਹਨੇ ਕਿਹਾ ਕੀ ਸੀ ਮੈਂ ਜ਼ਰਾ ਟੈਲੈਂਟ ਜਾ ਰਿਹਾ ਫਿਕਰ ਨਾ ਕਰੀ ਜਲਦੀ ਪਰਤ ਆਵਾਂਗਾ ਨਹੀਂ ਇਹ ਨਹੀਂ ਕਿਹਾ ਸੀ ਉਹਨੇ ਉਹ ਇੰਨਾ ਕਹਿਣ ਵਾਲਾ ਮੁੰਡਾ ਹੈ ਹੀ ਨਹੀਂ ਇਹ ਮੁੰਡਾ ਆਪਣੇ ਆਉਣ ਜਾਣ ਬਾਰੇ ਕੁਝ ਦੱਸਦਾ ਕਿਉਂ ਨਹੀਂ ਉਹਦੇ ਇਹੋ ਜਿਹੇ ਵਤੀਰੇ ਤੋਂ ਡਰ ਲੱਗਣ ਲੱਗਦਾ ਪਰ ਉਹਦੀ ਆਪਣੀ ਜ਼ੁਬਾਨ ਵੀ ਤਾਂ ਬੜੀ ਕੋੜੀ ਤੇ ਗੁੱਸਾ ਬੜਾ ਡੱਡਾ ਹੈ ਖਾਣ ਵੇਲੇ ਉਹਨੇ ਜੋ ਗੱਲਾਂ ਕੀਤੀਆਂ ਉਹ ਚੰਗੀਆਂ ਨਹੀਂ ਸਨ ਜ਼ਿੰਦਗੀ ਚ ਉਹ ਆਪਣੇ ਇਸ ਸੁਭਾਅ ਤੋਂ ਬੜੀ ਦੁਖੀ ਰਹੀ ਐ ਉਹਨੂੰ ਜਦੋਂ ਗੁੱਸਾ ਚੜਦਾ ਸੀ ਤਾਂ ਉਹ ਸਾਰਾ ਕੁਝ ਭੁੱਲ ਜਾਂਦੀ ਸੀ ਉਹ ਜਾਣਦੀ ਸੀ ਜੇ ਉਹ ਥੋੜਾ ਘੱਟ ਬੋਲਦੀ ਤਾਂ ਉਹਦੇ ਉਹਦਾ ਪਤੀ ਥੋੜਾ ਹੋਰ ਜਿੰਦਾ ਰਹਿ ਸਕਦਾ ਸੀ RAMU ਨੇ ਖਾਣੇ ਬਾਰੇ ਕੁਝ ਕਿਹਾ ਸੀ ਕੱਲ ਤੋਂ ਉਹ ਸਬਜ਼ੀਆਂ ਜ਼ਿਆਦਾ ਬਣਾਏਗੀ ਤੇ ਜ਼ਿਆਦਾ ਧਿਆਨ ਦੇ ਕੇ ਖਾਣਾ ਪਕਾਏਗੀ ਇਹ ਸੋਚਦੇ ਸੋਚਦੇ ਉਹਨੂੰ ਨੀਂਦ ਆ ਗਈ ਦੂਰ ਕਿਤੇ 1 ਵਜੇ ਦਾ ਘੰਟਾ ਵੱਜਿਆ ਉਹ ਹੋਇਆ 1 ਵਜੇ ਉਹ ਜਾਗ ਖੜੀ ਹੋਈ RAMU RAMU ਕਹਿਣ ਲੱਗੀ ਉਹਨੂੰ ਇਹ ਸੋਚਦੇ ਹੀ ਡਰ ਲੱਗਣ ਲੱਗਾ ਕਿ RAMU ਨੇ ਕੀ ਕੀਤਾ ਹੋਵੇਗਾ ਫਿਰ ਉਹਨੂੰ ਵਿਸ਼ਵਾਸ ਹੋਣ ਲੱਗਾ ਕਿ ਖਾਣੇ ਦੌਰਾਨ ਉਹਨੇ ਸ਼ਬਦਾਂ ਨੂੰ ਸੁਣ ਕੇ RAMU ਨੇ ਆਤਮ ਹੱਤਿਆ ਕਰ ਲਈ ਹੋਵੇਗੀ ਉਹ ਬੈਠ ਗਈ ਰੋਣ ਲੱਗੀ ਰੋਣਾ ਵਧਦਾ ਗਿਆ ਹਿਸਟਰੀਆ ਵਰਗਾ ਹੋ ਗਿਆ ਅੰਦਰ ਭਰੇ ਹੰਝੂਆਂ ਨੂੰ ਬਾਹਰ ਕੱਢਣ ਲਈ ਉਹਨੇ ਅੱਖਾਂ ਬੰਦ ਕੀਤੀਆਂ ਕੁਕਨ ਹਲੀ ਟੈਂਕ ਵਿੱਚ ਰਾਮੂ ਦੀ ਲਾਸ਼ ਦਿਖਾਈ ਦੇਣ ਲੱਗੀ। ਉਹਦੀ ਧਾਰੀਦਾਰ ਕਮੀਜ਼ ਧੁੱਤੀ ਗਿੱਲੀ ਹੋ ਕੇ ਬਦਰ ਨਾਲ ਚਿਪਕ ਗਈ ਸੀ। ਉਹਦੀਆਂ ਚੱਪਲਾਂ ਤਲਾਬ ਦੀਆਂ ਪੌੜੀਆਂ ਤੇ ਪਈਆਂ ਸੀ। ਚਿਹਰਾ ਫੁੱਲ ਕੇ ਕੁੱਪਾ ਹੋ ਗਿਆ ਸੀ। ਪਤਾ ਨਹੀਂ ਲੱਗ ਰਿਹਾ ਸੀ ਕਿਦ ਹੈ। ਉਹ ਜ਼ੋਰ ਨਾਲ ਚੀਕੀ ਉੱਠ ਕੇ ਖੜੀ ਹੋ ਗਈ। ਫਿਰ 올ਡ ਅਗਰ ਹਾਰ ਸਟਰੀਟ ਤੇ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਸੜਕ ਖਾਲੀ ਪਈ ਸੀ। ਥੋੜੀ ਥੋੜੀ ਦੂਰ ਤੇ ਬੱਤੀਆਂ ਚਮਕ ਰਹੀਆਂ ਸੀ। ਉਦੋਂ ਹੀ ਪੁਲਿਸ ਵਾਲੇ ਨੇ ਸੀਟੀ ਵਜਾਈ ਉਹ ਘਬਰਾ ਕੇ ਰੁਕ ਗਈ। ਉਨੂੰ ਖਿਆਲ ਆਇਆ ਉਹਦੀ ਕਲਪਨਾ ਵੀ ਹੋ ਸਕਦੀ ਹੈ ਹੋ ਸਕਦਾ ਹੈ RAMU ਨਾਟਕ ਵੇਖਣ ਗਿਆ ਹੋਵੇ ਜੋ ਸਵੇਰੇ 3 ਵਜੇ ਤੋਂ ਪਹਿਲਾਂ ਖਤਮ ਨਹੀਂ ਹੁੰਦਾ ਉਹਨੇ ਫਿਰ ਤੇਜ਼ੀ ਨਾਲ RAM ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਿਸ ਨਾਲ RAMU ਦੇ ਖਿਆਲ ਆਉਣੇ ਬੰਦ ਹੋ ਜਾਣ ਉਹਦੀ ਸਾਰੀ ਰਾਤ ਵਿੱਚ ਐਨੀ ਚਲੰਗੀ ਉਹ ਸੌਂ ਜਾਂਦੀ ਫਿਰ ਉੱਠ ਪੈਂਦੀ ਫਿਰ ਅੱਖ ਲੱਗ ਜਾਂਦੀ ਜਦੋਂ ਜਦੋਂ ਘੰਟਾ ਵੱਜਦਾ ਕਬਰਾਂ ਕੇ ਉੱਠ ਜਾਂਦੀ ਸਵੇਰ ਹੋ ਗਈ ਤਿੱਖੀ ਠੰਡ ਸੀ 6 ਵਜੇ ਦਾ ਘੰਟਾ ਵੱਜਿਆ ਅੱਖਾਂ ਝੰਝੂ ਭਰੀਆਂ ਕੁੱਕਨ ਖੱਲੀ ਤਲਾਬ ਵੱਲ ਤੁਰਨ ਲੱਗੀ ਮੈਸੂਰ ਸ਼ਹਿਰ ਜਾਗਣ ਲੱਗਾ ਸੀ ਦੁੱਧ ਵਾਲੇ ਆਪਣੀਆਂ گاਵਾ ਫੜੀ ਹੌਲੀ ਹੌਲੀ ਜਾ ਰਹੇ ਸਨ ਮਿਊਂਸਿਪੈਲਿਟੀ ਦੇ ਪੰਗੀ ਲੰਬੇ ਲੰਬੇ ਝਾੜੂਆਂ ਨਾਲ ਸਫਾਈ ਕਰ ਰਹੇ ਸਨ ਇੱਕ ਦੋ ਸਾਈਕਲ ਵੀ ਉਹਦੇ ਕੋਲੋਂ ਦੀ ਲੰਗੀ ਉਹ ਤਲਾਬ ਤੇ ਪਹੁੰਚ ਗਈ ਪਰ ਪਾਣੀ ਵੱਲ ਦੇਖਣ ਦੀ ਹਿੰਮਤ ਨਾ ਕਰ ਸਕੇ ਕੰਡੇ ਝਾਤ ਮਾਰੀ ਦੇਖਿਆ ਕਿ RAMU ਬੈਂਚ ਤੇ ਪਿਆ ਸੌ ਰਿਹਾ ਇੱਕ ਸੈਕਿੰਡ ਲਈ ਉਹਨੇ ਸੋਚਿਆ ਕਿਤੇ ਇਹ ਉਹਦੀ ਲਾਸ਼ ਤਾਂ ਨਹੀਂ ਹੈ ਉਹਨੇ ਉਹਨੂੰ ਫੜ ਕੇ ਜ਼ੋਰ ਨਾਲ ਹਿਲਾਇਆ ਚਿੱਕੀ RAMU ਉਹ ਹਿੱਲਿਆ ਤਾਂ ਉਹਨੂੰ ਤਸੱਲੀ ਹੋ ਗਈ। RAMU ਉੱਠ ਕੇ ਬੈਠ ਗਿਆ ਅੱਖਾਂ ਮੜਨ ਲੱਗਾ। ਉਹਨੇ ਕਿਹਾ ਤੂੰ ਇੱਥੇ ਕਿਉਂ ਆਈ ਮਾਂ? ਤੂੰ ਇੱਥੇ ਕਿਉਂ ਸੌ ਰਿਆ ਸੀ? ਮੈਨੂੰ ਨੀਂਦ ਨਹੀਂ ਆ ਨੀਂਦ ਆ ਗਈ ਸੀ ਉਹਨੇ ਕਿਹਾ। ਮੈਂ ਜ਼ਰਾ ਹੱਥ ਮੂੰਹ ਧੋ ਲਵਾਂ RAMU ਨੇ ਕਿਹਾ। ਉਹਨੇ RAMU ਦਾ ਹੱਥ ਕੱਸ ਕੇ ਫੜ ਲਿਆ ਬੋਲੀ ਨਹੀਂ। ਪਾਣੀ ਕੋਲ ਨਾ ਜਾ। RAMU ਨੇ ਉਹਦੀ ਆਗਿਆ ਮੰਨ ਲਈ ਪਰ ਉਹਨੂੰ ਮਾਂ ਦਾ ਇੰਜ ਕਹਿਣਾ ਥੋੜਾ ਅਜੀਬ ਜਿਹਾ ਲੱਗਿਆ। ਧੰਨਵਾਦ।